ओम शांति ਅੱਜ ਹਣ 22 7 2022 ਦੇ ਸਾਕਾਰ ਬਾਪਤਾ ਦਾ ਜੀ ਦੇ ਮਹਾਵਾਕ ਅੱਜ ਬਾਪਤਾ ਦਾ ਜੀ ਨੇ ਕਿਹਾ ਮਿੱਠੇ ਬੱਚੇ ਜੇਕਰ ਤੁਸੀਂ ਦੁੱਖ ਦੇ ਬੰਧਨਾਂ ਤੋਂ ਛੁੱਟ ਸੁੱਖ ਦੇ ਸੰਬੰਧ ਵਿੱਚ ਜਾਣਾ ਚਾਹੰਨੇ ਹੋ ਐਸ ਦੇ ਲਈ ਪੁਰਾਣੇ ਕਰਮ ਬੰਧਨਾਂ ਦੇ ਸਾਰੇ ਹਿਸਾਬ ਕਿਤਾਬਾਂ ਨੂੰ ਚੁਕਤੂ ਕਰਨਾ ਪਵੇਗਾ ਅੱਜ ਦਾ ਪ੍ਰਸ਼ਨ ਹੈਗਾ ਐਸ ਯੁੱਧਸਥਲ ਵਿੱਚ ਬੇਅਦ ਦੀ ਬੌਕਸਿੰਗ ਕਿਹੜੀ ਸਨ ਬੌਕਸਿੰਗ ਵਿੱਚ ਵਿਜੈ ਦਾ ਆਧਾਰ ਕੀ ਹੁੰਦਾ ਹੈ ਉੱਤਰ ਹੈਗਾ ਮਾਇਆ ਰਾਵਣ ਤੋਂ ਤੁਸੀਂ ਬੱਚਿਆਂ ਦੀ ਬੇਹਦ ਬੇਹਦ ਦੀ ਬੌਕਸਿੰਗ ਸਨ ਇਸ ਨੂੰ ਹੀ ਮਲ ਯੁੱਧ ਵੀ ਆਖਿਆ ਜਾਂਦਾ ਹੈ ਇਸ ਬੌਕਸਿੰਗ ਵਿੱਚ ਵਿਜੈ ਹੀ ਬਨਣ ਦੇ ਲਈ ਬੁੱਧੀ ਵਿੱਚ ਤੁਹਾਡੀ ਹਮੇਸ਼ਾ ਇਹੋ ਰਹਿਣਾ ਚਾਹੀਦਾ ਹੈ ਕਿ ਅਸੀਂ ਕਲਪ ਕਲਪ ਜਿੱਤ ਪਾਉਂਦੇ ਹਾਂ ਹੁਣ ਵੀ ਸਾਡੀ ਜਿੱਤ ਹੋਣੀ ਹੈ ਮਾਇਆ ਰਾਵਣ ਤੇ ਜਿੱਤ ਪਾਣ ਦੇ ਲਈ ਤੁਸੀਂ ਪੰਜ ਪੁੱਤਾਂ ਤੇ ਵੀ ਜਿੱਤ ਪਾਣੀ ਪਵੇਗੀ ਪੰਜ ਪੁੱਤਾਂ ਨੂੰ ਦਾਨ ਕਰਨਾ ਪਵੇਗਾ ਦਾਨ ਦੇ ਕੇ ਫਿਰ ਕਦੇ ਵਾਪਸ ਨਹੀਂ ਲੈਣਾ ਜੇਕਰ ਦਾਨ ਦੇ ਕੇ ਵਾਪਸ ਲਿੱਤਾ ਕੰਮ ਕਰੋਧ ਦੇ ਵਸ਼ ਹੋਏ ਤਾਂ ਸਾਰੇ ਭੂਤ ਫਿਰ ਸਤਾਨ ਲੱਗ ਪੈਣਗੇ ਅੱਜ ਦਾ ਗੀਤ ਹੈਗਾ ਇੱਕ ਤੂੰ ਜੋ ਮਿਲਿਆ ਸਾਰੀ ਦੁਨੀਆ ਮਿਲੀ ਓਮ ਸ਼ਾਂਤੀ ਐ ਰਿਕਾਰਡ ਸਣ ਜਿਹੜੇ ਬੰਧਨ ਤੋਂ ਮੁਕਤ ਹੋ ਕੇ ਸੰਬੰਧ ਵਿੱਚ ਆਂਦੇ ਸਣ ਉਹਨਾਂ ਦੇ ਲਈ ਐਸ ਸਮਾਸਣ ਰਾਵਣ ਦਾ ਬੰਧਨ ਐਸ ਨੂੰ ਹੀ ਆਸੁਰੇ ਬੰਧਨ ਵੀ ਆਖਦੇ ਸਣ ਹੁਣ ਤੁਹਾਡਾ ਹਣ ਈਸ਼ਵਰੀਏ ਸੰਬੰਧ ਬੰਧਨ ਵਿੱਚ ਹਣ ਦੁੱਖ ਸੰਬੰਧ ਵਿੱਚ ਹਣ ਸੁਖ ਐਸ ਲਈ ਆਖਦੇ ਸਣ ਦੁੱਖ ਦੇ ਬੰਧਨ ਕਟ ਸਾਨੂੰ ਸੁਖ ਦੇ ਸੰਬੰਧ ਵਿੱਚ ਲੈ ਚੱਲੋ ਭਗਤੀ ਮਾਰਗ ਵਿੱਚ ਭਗਤ ਆਦੀ ਪੁਕਾਰ ਹੁੰਦੀ ਹੈ ਭਗਤ ਅਰਥਾਤ ਭਗਵਾਨ ਨੂੰ ਯਾਦ ਕਰਨ ਵਾਲੇ ਪਰੰਤੂ ਦੁਨੀਆ ਵਿੱਚ ਇੱਕ ਵੀ ਭਗਤ ਨਹੀਂ ਜਿਸ ਨੂੰ ਭਗਵਾਨ ਦਾ ਪਤਾ ਹੋਵੇ ਐਸ ਲਈ ਆਧਾ ਕਲਪ ਦੇ ਭਗਤੀ ਮਾਰਗ ਚੱਲਿਆ ਆਂਦਾ ਹੈ ਸਾਧੂ ਵੀ ਸਾਧਨਾ ਕਰਦੇ ਸਨ ਭਗਵਾਨ ਤੋਂ ਮਿਲਣ ਦੇ ਲਈ ਬੰਦਗੀ ਕਰਦੇ ਸਨ ਭਗਵਾਨ ਤਾਂ ਇੱਕ ਹੀ ਸਨ ਉਸ ਤੋਂ ਹੀ ਸਾਨੂੰ ਵਰਸਾ ਮਿਲਦਾ ਹੈ ਹੱਦ ਦੇ ਬਾਪ ਕੋਲੋਂ ਹੱਦ ਦਾ ਵਰਸਾ ਮਿਲਦਾ ਹੈ ਬੇहद ਦੇ ਬਾਪ ਕੋਲੋਂ ਬੇहद ਦਾ ਵਰਸਾ ਮਿਲਦਾ ਏ ਹੁਣ ਅਸੀਂ ਯਾਦ ਕਰਦੇ ਹਾਂ ਬੇहद ਦੇ ਬਾਪ ਨੂੰ ਕਿਉਂਕਿ ਹੱਦ ਤੇ ਵਰਸੇ ਤੋਂ ਦੁੱਖ ਔਰ ਬੇहद ਦੇ ਵਰਸੇ ਤੋਂ ਸੁੱਖ ਮਿਲਦਾ ਏ ਐ ਹੁਣ ਤੁਸੀਂ ਹੀ ਜਾਣਦੇ ਹੋ ਤੁਹਾਡੇ ਬੰਧਨ ਕੱਟਣ ਦੇ ਲਈ ਬਾਪ ਸਾਡੇ ਸੱਮੁਖ ਬੈਠੇ ਸਨ ਅੱਖ ਦੇ ਵੀਰਨ ਗਾਇਆ ਵੀ ਜਾਂਦਾ ਏ ਦੁੱਖ ਹਰਤਾ ਸੁਖ ਕਰਤਾ ਦੁੱਖ ਹਰਤਾ ਸ਼ਾਂਤੀ ਕਰਤਾ ਨਹੀਂ ਆਖਦੇ ਸਨ ਸਾਰਿਆਂ ਨੂੰ ਸ਼ਾਂਤੀ ਵਿੱਚ ਸਾਰੇ ਸ਼ਾਂਤੀ ਵਿੱਚ ਚਲੇ ਜਾਣ ਫਿਰ ਤਾਂ ਸ੍ਰਿਸ਼ਟੀ ਹੀ ਨਹੀਂ ਰਹੇਗੀ ਐਸ ਲਈ ਦੁੱਖ ਹਰਤਾ ਸੁਖ ਕਰਤਾ ਆਖਦੇ ਸਨ ਸਭ ਨੂੰ ਸੁਖ ਦਿੰਦੇ ਸਨ ਮੁਕਤੀ ਪਾਉਂਦੇ ਸਨ ਜੀਵਨ ਮੁਕਤੀ ਪਾਣ ਦੇ ਲਈ ਸਿਰਫ ਮੁਕਤੀ ਆਖਣ ਤਾਂ ਫਿਰ ਮੋਕਸ਼ ਹੋ ਜਾਵੇ ਮੁਕਤੀ ਦੇ ਨਾਲ ਜੀਵਨ ਮੁਕਤੀ ਵੀ ਜ਼ਰੂਰ ਹੋਣੀ ਚਾਹੀਦੀ ਹੈ ਜੀਵਨ ਮੁਕਤੀ ਸਨ ਸੁਖ ਦਾ ਸੰਬੰਧ ਜਦੋਂ ਕਿ ਆਤਮਾ ਸਤੋ ਪ੍ਰਦਾਨ ਹੁੰਦੀ ਹੈ ਇੱਥੇ ਤੁਸੀਂ ਆਏ ਹੋ ਦੁੱਖ ਦੇ ਬੰਧਨ ਤੋਂ ਛੁੱਟਣ ਦੇ ਲਈ ਦੂਜੀ ਤਰਫ ਸੁੱਖ ਦੇ ਸੰਬੰਧਤ ਤੋਂ ਜੁਟਦੇ ਜਾ ਰਹੇ ਹੋ ਕਰਮ ਬੰਧਨ ਦਾ ਹਿਸਾਬ ਕਿਤਾਬ ਚੁਕਤੂਤਾ ਕਰਨਾ ਹੀ ਪੈਂਦਾ ਏ ਨਵੀਂ ਦੁਨੀਆ ਵਿੱਚ ਦੁੱਖ ਸਨ ਹੁਣ ਪੁਰਾਣੀ ਦੁਨੀਆ ਵਿੱਚ ਹੁਣ ਪੁਰਾਣੀ ਦੁਨੀਆ ਨਵੀਂ ਦੁਨੀਆ ਵਿੱਚ ਦੁੱਖ ਤਾਂ ਹੁੰਦੇ ਹੀ ਨਹੀਂ ਪਹਿਲਾ ਪਹਿਲਾ ਸੰ ਸੁੱਖ ਦਾ ਸੰਬੰਧ ਹੁਣ ਤੁਸੀਂ ਦੁੱਖ ਤੋਂ ਸੁੱਖ ਵਿੱਚ ਜਾ ਰਹੇ ਹੋ ਉੱਥੇ ਥੋੜਾ ਦੁੱਖ ਥੋੜਾ ਸੁੱਖ ਐਵੇਂ ਨਹੀਂ ਹੁੰਦਾ ਇੱਥੇ ਭਾਰਤ ਵਿੱਚ ਹੀ ਹੈਵਨ ਸੀ ਹੁਣ ਭਾਰਤ ਵਿੱਚ ਹੀ ਹੈਲ ਬਣ ਗਿਆ ਹੈਵਨ ਸੀ ਤਾਂ ਸੁਖੀ ਸੀ ਹੈਲ ਹੋਇਆ ਤਾਂ ਦੁਖੀ ਹੋ ਪਏ ਨੇ ਸਭ ਤੋਂ ਪੁਰਾਣਾ ਅਈਓ ਭਾਰਤੇ ਬਹੁਤ ਦੁੱਖ ਦਿੰਦੇ ਸਨ ਹੁਣ ਤਾਂ ਬਹੁਤ ਦੁਖੀ ਹੋ ਪਏ ਨੇ ਇਹਨਾਂ ਦੁੱਖਾਂ ਤੋਂ छुड़ाਣ ਦੇ ਲਈ ਹੀ ਬਾਪ ਨੂੰ ਪੁਕਾਰਦੇ ਸਨ ਉਸ ਨੂੰ ਹੀ ਪਿਆ ਵੀ ਆਖਦੇ ਸਨ ਉਹ ਹੱਦ ਦੇ ਪਿਆ ਨੂੰ ਪੁਕਾਰਦੇ ਸਨ ਹੁਣ ਤੁਸੀਂ ਸਮਝਦੇ ਹੋ ਉਹ ਉਹਨਾਂ ਤੋਂ ਤਾਂ ਦੁੱਖ ਹੀ ਮਿਲਦਾ ਏ ਇਸ ਲਈ ਤੁਸੀਂ ਬੇहद ਦੇ ਪਿਆਰ ਅਰਥਾਤ ਪਰਮਾਤਮਾ ਨੂੰ ਬੁਲਾਉਂਦੇ ਹੋ ਬਾਪ ਆਖਦੇ ਸਨ ਹਰ 5000 ਵਰਿਆਂ ਬਾਅਦ ਮੈਂ ਆਨਾ ਹਾ ਤੁਹਾਡੀ ਬੁੱਧੀ ਵਿੱਚ ਹੁਣ ਸਾਰਾ ਗਿਆਨ ਭਰਿਆ ਹੋਇਆ ਏ ਆਦ ਤੋਂ ਲੈ ਕੇ ਅੰਤ ਤੱਕ ਤਾਂ ਤਿਰਕਾਲਦਰਸ਼ੀ ਹੋ ਗਏ ਤੁਸੀਂ ਤਿੰਨਾਂ ਲੋਕਾਂ ਨੂੰ ਤਿੰਨਾਂ ਕਾਲਾਂ ਨੂੰ ਜਾਣਦੇ ਹੋ ਮੂਲ ਵਿਤਨ ਵਿੱਚ ਅਸੀਂ ਆਤਮਾਵਾਂ ਸ਼ਾਂਤੀ ਵਿੱਚ ਰਹਿੰਦੀਆਂ ਸਨ ਅਸੀਂ ਅਸਲ ਵਿੱਚ ਉਸ ਨਿਰਵਾਣ ਧਾਮ ਦੇ ਵਾਸੀ ਸਨ ਫਿਰ ਪਰਵੀਰਤੀ ਧਰਮ ਵਿੱਚ ਆਉਣ ਤੋਂ ਆਰਗੰਸ ਦੁਆਰਾ ਅਸੀਂ ਪਾਠ ਬਜਾਉਂਦੇ ਸਨ